ਭਾਰਤ ਦੇ ਫੌਜੀ ਕਿਵੇਂ ਦੇਸ਼ ਦੇ ਲਈ ਜਾਨ ਹਥੇਲੀ ਉੱਤੇ ਰੱਖ ਕੇ ਬਾਰਡਰਾਂ ਉੱਤੇ ਪਹਿਰਾ ਦਿੰਦੇ ਨੇ ਅਤੇ ਕਿਵੇਂ ਉਹ ਪੰਜਾਬੀ ਅਤੇ ਹੋਰ ਸਿੰਗਰਾਂ ਨੂੰ ਦੱਸਦੇ ਨੇ ਕਿ ਵੀ ਕਿਵੇਂ ਡਿਊਟੀਆਂ ਨਿਭਾਈ ਜਾਂਦੀਆਂ ਨੇ ਸਖਤ ਠੰਡ ਵਿੱਚ ਅਤੇ ਇੰਨੇ ਖਰਾਬ ਮੌਸਮਾਂ ਵਿੱਚ ਕੀ ਆਮ ਬੰਦਾ ਹਾਰ ਮੰਨ ਲੈਂਦਾ ਹੈ। ਉਹ ਚੱਲ ਮੰਨਿਆ ਮੰਡੀਰ ਤੁਹਾਨੂੰ ਫੋਲੋ ਕਰ ਤੁਹਾਡੀ ਨਿੱਕੀ ਨਿੱਕੀ ਗੱਲ ਉੱਤੇ ਹਾਮੀ ਭਰਦੀ ਉਹ ਚੱਲ ਮੰਨਿਆ ਮੰਡੀਰ ਤੁਹਾਨੂੰ ਫੋਲੋ ਕਰਦੀ ਤੁਹਾਡੀ ਨਿੱਕੀ ਨਿੱਕੀ ਗੱਲ ਉੱਤੇ ਹਾਮੀ ਭਰਦੀ ਬਸ ਦੇ ਜੋ ਜਵਾਬ ਸਾਡੀ ਇੱਕ ਗੱਲ ਦਾ ਅਸੀਂ ਇਕੱਠੇ ਬੈਠ ਸੋਚੀ ਜਾਂਦੇ ਹਾਂ ਓਏ ਕੱਲ ਦਾ ਤੁਹਾਨੂੰ ਬਾਰਡਰ ਤੇ ਲਾ ਲੈਂਦੇ ਹਾਂ ਗਿਣਤੀ ਕਰਾ ਦੋ ਕਿੰਨੇ ਬੰਦੇ ਠੋਕੇ ਆ ਉਹ ਜਗ੍ਹਾ ਦੱਸੋ ਜਿੱਥੇ ਵੀ ਤੂਫਾਨ ਰੋਕੇ ਆ ਜਿਹੜੀ ਗੰਨ ਰੱਖੋ ਅਸੀਂ ਵੀ ਮੰਗਾ ਲੈਨੇ ਆ ਸਾਨੂੰ ਗਿਣਤੀ ਕਰਾ ਦੋ ਕਿੰਨੇ ਬੰਦੇ ਠੋਕੇ ਆ ਉਹ ਜਗ੍ਹਾ ਦੱਸੋ ਜਿੱਥੇ ਵੀ ਤੂਫਾਨ ਰੋਕੇ ਆ ਜਿਹੜੀ ਗੰਨ ਰੱਖੋ ਅਸੀਂ ਵੀ ਮੰਗਾ ਲੈਨੇ ਆ ਓਏ ਸੋਚੋ ਨਾ ਕਿ ਅਸੀਂ ਬੈਡ ਫੀਲ ਕਰਦੇ ਕਿਸੇ ਨਾੜ ਨੂੰ ਡਿੱਗਿਆਰਾਂ ਤੋਂ ਨੀ ਭੋਰਾ ਡਰਦੇ ਅਸੀਂ ਟੈਂਕਾਂ ਨਾਲ ਮੱਥੇ ਲਾਉਣ ਵਾਲੇ ਬੱਲਿਆ ਸਾਨੂੰ ਦੇਖ ਕੇ ਪਜਾਮੇ ਵੈਰੀ ਗਿੱਲੇ ਕਰਦੇ ਸਾਡਾ ਸਾਰਾ ਗਿੜੀ ਤੱਕ ਇਤਿਹਾਸ ਪੜ ਲਓ ਜਿੱਥੇ ਖੜਦੇ ਪਹਾੜ ਦੇ ਵਾਂਗੂ ਵੜਦੇ ਇਹ ਤੂੰ ਸੁਣ ਨਾ ਖੜਾਕਾ ਅਸਲੀ ਉਹ ਗੰਨ ਦਾ ਬੁੱਕ ਅੱਜ ਹੀ ਕਰਾ ਦੋ ਪਰਦਾ ਓਏ ਕੰਨ ਦਾ ਤੁਹਾਨੂੰ ਖੜਕਾ ਸੁਣਾ ਲੈਨੇ ਆ ਸਾਨੂੰ ਗਿਣਤੀ ਕਰਾ ਦੋ ਕਿੰਨੇ ਬੰਦੇ ਠੋਕੇ ਆ ਉਹ ਜਗ੍ਹਾ ਦੱਸੋ ਜਿੱਥੇ ਵੀ ਤੂਫਾਨ ਰੋਕੇ ਆ ਜਿਹੜੀ ਗੰਨ ਰੱਖੋ ਅਸੀਂ ਵੀ ਮੰਗਾ ਲੈਨੇ ਆ ਉਹ ਕੋਈ ਕਹਿੰਦਾ ਏ ਮੈਂ ਸ਼ਹਿਰ ਵਿੱਚੋਂ ਬੈਰੀ ਮਾਰਤੇ ਚਿੱਟੇ ਕੁੜਤੇ ਨੂੰ ਖੂਨ ਦੇ ਮੈਂ ਰੰਗ ਚਾੜਤੇ ਜਿਹਨੂੰ ਪਤਾ ਵੀ ਨਹੀਂ ਬੁਲਟ ਦੀ ਮਾਰ ਕਿੰਨੀ ਆ ਅੱਗੋ ਪਿੱਛੋਂ ਰੋਂਦ ਛਾਤੀਆਂ ਨੂੰ ਪਾੜ ਦੇ ਕਹਿੰਦਾ ਏ ਮੈਂ ਲੋਕੋ ਤੁਹਾਨੂੰ ਕਹਿਰ ਲੱਗਦਾ ਖਾ ਕੇ ਮੈਨੂੰ ਮਰ ਜੋ ਜੇ ਜ਼ਹਿਰ ਲੱਗਦਾ ਬਸ ਗੁਣੀ ਕੇ ਇਹ ਗੱਲਾਂ ਕਿਹੜੀਆਂ ਨੇ ਕਰਦੇ